सत श्री अकाल जी, सलाम आदाब, राम राम, जय मसीह दी, जय माता दी। मैं थोड़ा अपना पंजाबी सिंह रैक्टर जग्गी खान। सो साडे बड़े ब्रदर उस्ताद लोग फिरोज खान साहब नू नवा गाना रिलीज़ होण दियां, कल्ले कल्ले गाना रिलीज़ होण दियां बहुत बहुत मुबारकां। ते नाल ही मैं थोड़े नाल एक गल सांझी करन लग्गिया, कल्ला कल्ला गाना 2016 दे विच साडी कंपनी यूके म्यूजिक रिकॉर्ड वल कोले आ गया सी रिलीज़ होण वास्ते, लेकिन शायद कोई साडे प्रोड्यूसर दी जां टीम दी, जो प्रोड्यूसर सोंग नूं प्रोड्यूस कर रहे ने कंपनी प्रोड्यूसर, आपस दे विच कोई तालमेल शायद नहीं बैठिया, ते ओह गाने साडे कोले अनरिलीज़ गाने बहुत आए पए हुंदे आ। मैं रिक्वेस्ट करना चाहुंदा सारे भरावां नूं जिहड़े गाना लीक कर दिंदे आ, जिवें अजकल सिद्धू मूसेवाले साहब दे गाने किन्ने तुसीं लीक करी जांदे हो, बड़े लीक करी जांदे हो गाने यार, गाने कंपनियां कोले पए हुंदे आ पर ओह कंपनियां लीक नहीं करदियां। एक गाना बनाउण ते बड़ा समा लगदा वीरे, बहुत टाइम लगदा, बड़ी मेहनत लगदी है। गीतकार नूं पुछ के देखो उहने गाना किवें लिखिया, म्यूजिक डायरैक्टर नूं पुछ के देखो उहने म्यूजिक किवें कीता, वीडियो डायरैक्टर नूं पुछो किवें वीडियो कीती है। ਇਹ ਮੈਂ ਕਹਾਂ ਨਾ ਜਿਵੇਂ ਆਪਾਂ ਇੱਕ ਫਸਲ ਹੁੰਦੀ ਆ, ਜਿਵੇਂ ਆਪਾਂ ਫਸਲ ਨੂੰ ਇਸ ਕਿਸਾਨ ਪਾਲਦਾ ਹੈ ਨਾ, ਫਿਰ ਉਹ ਪੁੱਤਾਂ ਵਾਂਗੂ ਪਾਲਦਾ, ਫਿਰ ਬਾਅਦ 'ਚੋਂ ਦੇਖਦਾ, ਫਿਰ ਡਰਦਾ ਵੀ ਰਹਿੰਦਾ ਯਾਰ ਵੀ ਪਤਾ ਨਹੀਂ ਫਸਲ ਵਿਕੂਗੀ ਜਾਂ ਮੌਸਮ ਨਾ ਖਰਾਬ ਹੋ ਜਾਏ ਜਾਂ ਇਹੋ ਜਿਹੇ, ਇਹ ਉਹ ਕੰਮ ਹੁੰਦਾ ਭਰਾਵੋ, ਨਾ ਮਿਹਨਤ ਇਹਦੀ ਖਰਾਬ ਕਰਿਆ ਕਰੋ ਕਲਾਕਾਰਾਂ ਦੀ। ਤਾਂ ਦੁਬਾਰਾ ਫਿਰ ਫਿਰੋਜ਼ ਖਾਨ ਐਂਡ ਸਾਰੀ ਟੀਮ ਨੂੰ ਕੱਲੇ ਕੱਲੇ ਗਾਣਾ ਰਿਲੀਜ਼ ਹੋਣ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਤੁਹਾਨੂੰ ਦਿਖਾਉਂਦਾ ਮੈਂ ਵੀ ਸਾਡੇ ਕੋਲ ਗਾਣਾ ਇਹ ਕਿਵੇਂ ਪਿਆ। ਇਹ ਤੁਸੀਂ ਨਾਲ ਹੀ ਮੇਰਾ ਫੇਸਬੁੱਕ ਪੇਜ, ਯੂਟਿਊਬ ਚੈਨਲ ਜੱਗੀ ਖਾਨ ਪ੍ਰੋਡਕਸ਼ਨ ਬਾਈ ਬਣ ਕੇ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਕਰ ਦਿਓ। ਆਹ ਦੇਖੋ ਜੀ ਗਾਣਾ ਸਾਡੇ ਕੋਲ, ਅਨਰਲੀਜ਼ ਸਬਜੈਕਟ ਸਾਡੇ ਕੋਲ ਯੂਕੇ ਮਿਊਜ਼ਿਕ ਦੇ। ਦੇਖੋ ਜੀ ਕੱਲੇ ਕੱਲੇ ਗਾਣਾ ਫਿਰੋਜ਼ ਖਾਨ ਸਾਹਿਬ, ਆਹ ਦੇਖੋ ਨੂਰਾ ਸਿਸਟਰ, ਪੈਗ, ਲੈਂਬਰ ਹੁਸੈਨਪੁਰੀ, ਬਹੁਤ ਸਾਰੇ ਗਾਣੇ ਸਾਡੇ ਕੋਲ ਆਏ ਹੋਏ ਪਏ ਨੇ, ਲੇਕਿਨ ਅਸੀਂ ਉਹਨਾਂ ਨੂੰ ਲੀਕ ਨਹੀਂ ਕਰਦੇ। ਅਸੀਂ ਚਾਹੀਏ ਹੋਰ ਵੀ ਸਿੱਧੂ ਮੂਸੇਵਾਲਾ ਸਾਹਿਬ ਦੇ ਵੀ ਗਾਣੇ ਪਏ ਨੇ, ਅਸੀਂ ਚਾਹੀਏ ਤਾਂ ਇਹਨਾਂ ਨੂੰ ਲੀਕ ਕਰ ਕਰਕੇ ਬੜਾ ਲੱਖਾਂ ਕਰੋੜਾਂ ਰੁਪਇਆ ਕਮਾ ਸਕਦੇ ਆ, ਪਰ ਇਹਨੂੰ ਠੱਗੀ ਕਹਿੰਦੇ ਨੇ। ਠੱਗੀ ਨਾਲ ਕਮਾਇਆ ਪੈਸਾ ਉਹਦਾ ਫਾਇਦਾ ਹੀ ਕੋਈ ਨਹੀਂ। ਦੇਖੋ ਕੱਲੇ ਕੱਲੇ ਗਾਣਾ ਫਿਰੋਜ਼ ਖਾਨ ਸਾਹਿਬ, ਇਹ ਗਾਣਾ ਦੇਖੋ 5 ਸੈਟਰਡੇ ਨਵੰਬਰ 5, 2016 1:48 'ਤੇ ਸਾਡੇ ਕੋਲ ਇਹ ਗਾਣਾ ਆ ਗਿਆ ਸੀ 2016 ਨਵੰਬਰ ਦਾ ਹੀ ਮਹੀਨਾ ਸੀ। ਆਹ ਦੇਖੋ ਅੱਜ ਤਰੀਕ ਹੈ ਜੀ 18 ਨਵੰਬਰ 2022, ਅੱਜ 18 ਤਰੀਕ ਹੈ, 10 ਵੱਜ ਚੁੱਕੇ ਨੇ ਸਵੇਰ ਦੇ। 18 ਨਵੰਬਰ ਇਹ ਕੱਲ੍ਹ ਗਾਣਾ ਰਿਲੀਜ਼ ਹੋਇਆ। ਗਾਣਾ ਕਿੱਥੇ ਰਿਲੀਜ਼ ਹੋਇਆ ਕਿਵੇਂ ਪਤਾ ਲੱਗਿਆ ਸਾਨੂੰ, ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ। ਆਹ ਦਿਖਾ, ਆ ਜਾਓ, ਇਹ ਆਪਣਾ ਇੱਥੇ ਗਏ ਜੀ, ਇਹ ਮੈਂ ਫਿਰੋਜ਼ ਖਾਨ ਸਾਹਿਬ ਦੀ ਜਦੋਂ ਕੱਲ੍ਹ ਪੋਸਟ ਦੇਖੀ। ਦੇਖੋ ਫਿਰੋਜ਼ ਖਾਨ ਸਾਹਿਬ, ਕੀ ਹਾਲ ਹੈ ਦੋਸਤੋ, ਗੁੱਡ ਮਾਰਨਿੰਗ, ਆਪਣਾ ਸੌਂਗ ਆ ਰਿਹਾ ਕੱਲੇ ਕੱਲੇ, ਖਿਆਲ ਰੱਖਣਾ। ਅਤੇ ਇਹਨਾਂ ਨੇ ਕੱਲ੍ਹ ਹੀ ਪੋਸਟ ਕੀਤਾ, ਮੈਨੂੰ ਲੱਗਦਾ 16 ਨਵੰਬਰ ਨੂੰ ਪੋਸਟ ਕੀਤਾ, ਅਤੇ ਅੱਜ ਗਾਣਾ ਇਹ ਜਿਹੜਾ ਆ ਚੁੱਕਿਆ। ਅਸੀਂ ਗਾਣਾ ਇਹ ਸੁਣ ਰਹੇ ਸੀ ਸਵੇਰੇ ਹੀ, ਮੈਂ ਜੋ ਸੁਣਿਆ ਮੇਰਾ ਦਿਲ ਖੁਸ਼ ਹੋ ਗਿਆ, ਕਿਉਂਕਿ ਗਾਣਾ ਵੀ ਬਹੁਤ ਪਿਆਰਾ ਹੈਗਾ। ਕੱਲੇ ਕੱਲੇ ਤੁਸੀਂ ਫਿਰੋਜ਼ ਖਾਨ ਸਾਹਿਬ ਯੂਟਿਊਬ 'ਤੇ ਲਿਖਿਆ, ਅਤੇ ਕੱਲੇ ਕੱਲੇ ਇਹ ਕੋਈ ਗੁਰਦਾਸ ਰਾਏ ਜੀ ਇਹਨਾਂ ਨੇ ਪਾਇਆ, ਸ਼ਾਇਦ ਰਾਈਟਰ ਨੇ ਇਸ ਗਾਣੇ ਦੇ, ਮੈਨੂੰ ਇਸ ਬਾਰੇ ਨਹੀਂ ਪਤਾ, ਲੇਕਿਨ ਗਾਣਾ ਇਹਨਾਂ ਨੇ ਪਾਇਆ। ਅਤੇ ਆਹ ਦੇਖੋ ਜੀ, ਅਤੇ ਨਾਲ ਹੀ ਤੁਸੀਂ ਫਿਰੋਜ਼ ਖਾਨ ਸਾਹਿਬ ਦੀ ਇਹ ਪੋਸਟ ਆ ਗਈ ਜੀ। ਬਸ ਮੈਂ ਰਿਕੁਐਸਟ ਇਹੀ ਕਰਦਾ ਕਿ ਬਾਈ ਜੀ ਯਾਰ, ਤੁਸੀਂ ਨਾ ਗਾਣੇ ਕਿਸੇ ਦੇ ਲੀਕ ਨਾ ਕਰਿਆ ਕਰੋ, ਕਿਉਂਕਿ ਬੜੀ ਮਿਹਨਤ ਲੱਗਦੀ ਹੈ ਗਾਣਿਆਂ 'ਤੇ, ਬਹੁਤ ਮਿਹਨਤ ਲੱਗਦੀ ਹੈ। ਅਤੇ ਦੁਬਾਰਾ ਫਿਰ ਫਿਰੋਜ਼ ਖਾਨ ਸਾਹਿਬ ਨੂੰ ਗਾਣਾ ਰਿਲੀਜ਼ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ। ਕਿੱਦਾਂ ਕੱਲੇ ਕੱਲੇ ਹੋ ਕੇ ਸਾਥ ਹੋ ਜੀ ਹੋ ਗਿਆ, ਮੇਰੇ ਵੀ ਗਾਣੇ ਭਾਈ ਲਾਈਕ, ਸ਼ੇਅਰ, ਕਮੈਂਟ ਕਰਦਿਆ ਕਰੋ ਯਾਰ। ਬਰਾਤ ਗਾਣਾ ਹੁਣ ਨਵਾਂ ਆਇਆ, ਇੱਕ ਬਰਾਤ ਜੱਗੀ ਖਾਨ ਲਿਖ ਕੇ ਯੂਟਿਊਬ 'ਤੇ, ਡੀ ਜੇ ਵਾਲਾ ਗਾਣਾ, ਵਿਆਹਾਂ 'ਤੇ ਲਾ ਕੇ ਨਾ ਬਾਈ ਬਣ ਕੇ, ਮੇਰੇ ਨੰਬਰ 'ਤੇ 90686 72786। ਆਹ ਮੇਰਾ ਫੇਸਬੁੱਕ ਪੇਜ ਹੈ, ਫੇਸਬੁੱਕ ਪੇਜ ਜੱਗੀ ਖਾਨ, ਜੱਗੀ ਖਾਨ ਪ੍ਰੋਡਕਸ਼ਨ, ਯੂਟਿਊਬ ਦਾ ਚੈਨਲ ਹੈ ਜੱਗੀ ਖਾਨ ਪ੍ਰੋਡਕਸ਼ਨ। ਆਹ ਨੰਬਰ 'ਤੇ ਤੁਸੀਂ 90686 72786 'ਤੇ ਮੈਨੂੰ ਡੀ ਜੇ 'ਤੇ ਨਾ ਆਪਣਾ ਬਰਾਤ ਜੱਗੀ ਖਾਨ ਗਾਣਾ ਲਾ ਕੇ, ਛੋਟੇ ਛੋਟੇ ਕਲਿੱਪਾਂ ਬਣਾ ਕੇ ਵਟਸਐਪ ਕਰਦਿਆ ਕਰੋ। ਥੈਂਕ ਯੂ ਵੈਰੀ ਮੱਚ।